ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਕਬੱਡੀ ਵਿੱਚ ਆਪਣਾ ਜ਼ੋਰ ਦਿਖਾਉਣ ਵਾਲੇ ਅਤੇ ਨੌਜਵਾਨਾਂ ਨੂੰ ਕਬੱਡੀ ਨਾਲ ਜੋੜਨ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਜੀਤ ਸਿੰਘ ਦੀ ਇੰਗਲੈਂਡ ਵਿੱਚ ਹਾਰਟ ਅਟੈਕ ਕਾਰਨ ਮੌਤ ਹੋ ਜਾਣ ਦੀ ਖਬਰ ਜਦ ਪਿੰਡ ਮੋਗਾ ਦੇ ਗੁਲਕਾਨ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਸ਼ੋਕ ਦਾ ਮਾਹੌਲ ਪੈਦਾ ਹੋ ਗਿਆ। ਕੁਲਜੀਤ ਨੇ ਸਿਰਫ ਕਬੱਡੀ ਵਿੱਚ ਹੀ ਨਹੀਂ ਬਲਕਿ ਕਈ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਹਿੱਸਾ ਲਿਆ ਹੈ। ਕਲਾਸ ਵਿੱਚ ਪੜ੍ਹਦਿਆਂ ਕੁਲਜੀਤ ਨੇ ਕਬੱਡੀ ਖੇਡਣਾ ਸ਼ੁਰੂ ਕੀਤਾ ਸੀ ਤੇ ਉਸਨੇ ਜੀਰਾ ਦੀ ਖੰਡ ਮਿਲ ਵਿੱਚ ਕੰਮ ਕਰਦਿਆਂ ਉੱਥੇ ਦਾ ਕਬੱਡੀ ਕਪਤਾਨ ਵੀ ਬਣਿਆ। ਕੁਲਜੀਤ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਖੇਡੇ ਅਤੇ ਜਦੋਂ ਇੰਗਲੈਂਡ ਖੇਡਣ ਗਿਆ ਤਾਂ ਉੱਥੇ ਹੀ ਸੈਟਲ ਹੋ ਗਿਆ। ਗੱਲਬਾਤ ਦੌਰਾਨ ਕੁਲਜੀਤ ਦੇ ਛੋਟੇ ਭਰਾ ਅਤੇ ਭੈਣ ਨੇ ਦੱਸਿਆ ਕਿ ਕੁਲਜੀਤ ਨੂੰ ਸ਼ੁਰੂ ਤੋਂ ਹੀ ਕਬੱਡੀ ਦਾ ਸ਼ੌਂਕ ਸੀ। ਉਸਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟ ਵੀ ਖੇਡੇ ਸਨ। ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਸੀ। ਉਹਨਾਂ ਦੱਸਿਆ ਕਿ ਕੁਲਜੀਤ ਦੇ ਜਾਣ ਨਾਲ ਸਿਰਫ ਸਾਡੇ ਪਰਿਵਾਰ ਹੀ ਨਹੀਂ ਬਲਕਿ ਕਬੱਡੀ ਦੇ ਸਾਰੇ ਖੇਡ ਪ੍ਰੇਮੀਆਂ ਨੂੰ ਵੀ ਉਸਦੀ ਕਮੀ ਮਹਿਸੂਸ ਹੋਵੇਗੀ ਜਿਸ ਨੂੰ ਕਦੇ ਪੂਰਾ ਨਹੀਂ ਕਰ ਸਕਦੇ। ਮੇਰਾ ਨਾਮ ਗੁਰਤੇਜ ਸਿੰਘ ਹੈ ਜੀ। ਮੇਰਾ ਵੱਡਾ ਬ੍ਰਦਰ ਕੁਲਜੀਤ ਸਿੰਘ ਜਿਹੜਾ ਕਿ ਕਬੱਡੀ ਦਾ ਬਹੁਤ ਅੰਤਰਰਾਸ਼ਟਰੀ ਪਲੇਅਰ ਆ, ਉਹ ਇਸ ਟਾਈਮ ਇੰਗਲੈਂਡ ਦੇ ਵਿੱਚ ਸਮੇਤ ਪਰਿਵਾਰ ਸੈੱਟ ਸੀਗਾ ਕਿ ਕੱਲ੍ਹ ਦੇ ਦਿਨ ਉਹਨਾਂ ਦੀ ਅਚਾਨਚੱਕ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ ਆ। ਉਹਨਾਂ ਦੇ ਵਿੱਚ ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦਾ ਇੱਕ ਬੇਟਾ ਇੱਕ ਬੇਟੀ ਅਤੇ ਮਿਸਿਜ ਉਹਨਾਂ ਦੀ ਜੋ ਕਿ ਉੱਥੇ ਇੰਗਲੈਂਡ ਦੇ ਵਿੱਚ ਇਸ ਟਾਈਮ ਵਸਨੀਕ ਆ। ਕਦੋਂ ਤੋਂ ਕਬੱਡੀ ਦਾ ਲਗਾਵ ਸੀ ਉਹਨਾਂ ਨੂੰ ਜੀ? ਮੁੱਢ ਤੋਂ ਹੀ ਕਬੱਡੀ ਦਾ ਬਹੁਤ ਸ਼ੌਂਕ ਸੀਗਾ, ਪਹਿਲਾਂ ਤੋਂ ਹੀ ਉਹਨਾਂ ਨਾਲ ਕਬੱਡੀ ਦਾ ਲਗਾਅ ਨਹੀਂ। ਸਕੂਲਾਂ ਦੇ ਵਿੱਚ ਹੀ ਉਹ 10ਵੀਂ ਤੋਂ ਹੀ ਉਹ ਕਲੱਬਾਂ ਦੇ ਵਿੱਚ ਚਲਿਆ ਗਿਆ। ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਜੀਰਾ ਖੰਡ ਮਹਿਲ ਦੇ ਵਿੱਚ ਬਤੌਰ ਕਪਤਾਨੀ ਉਹਨਾਂ ਨੇ ਉੱਥੋਂ ਦੀ ਟੀਮ ਤਿਆਰ ਕੀਤੀ। ਉੱਥੋਂ ਖੇਡਦੇ ਖੇਡਦੇ ਉਹ ਇੰਗਲੈਂਡ ਚਲੇ ਗਏ। ਇੰਗਲੈਂਡ 2-3 ਵਾਰ ਉਹ ਲਗਾਤਾਰ ਖੇਡ ਕੇ ਵਾਪਸ ਆਉਂਦੇ ਰਹੇ। ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਮੈਰਿਜ ਕਰਕੇ ਉੱਥੇ ਆਪਦੀ ਸੈਟਿੰਗ ਇੰਗਲੈਂਡ ਦੇ ਵਿੱਚ ਹੀ ਕਰ ਲਈ। ਇੰਗਲੈਂਡ 'ਚ ਵੀ ਕਬੱਡੀ ਖੇਡਦੇ? ਹਾਂਜੀ, ਇੰਗਲੈਂਡ ਦੇ ਵਿੱਚ ਵੀ ਕਲੱਬਾਂ ਵੱਲੋਂ ਪੂਰੀ ਤਗੜੀ ਕਬੱਡੀ ਖੇਡਦਾ ਰਿਹਾ। ਜੋ ਕਿ ਉਹਨਾਂ ਦੇ ਕਲੱਬ ਦੇ ਪ੍ਰਧਾਨ ਲੈਂਬਰ ਜੀ ਸਨ, ਉਹਨਾਂ ਦੀ ਕਲੱਬ ਦੇ ਵਿੱਚ ਲਗਾਤਾਰ ਉਹ ਕਬੱਡੀ ਖੇਡਦਾ ਰਿਹਾ। ਕਿੰਨਾ ਕੁ ਘਾਟਾ ਪਿਆ ਜੀ ਆਪਾਂ? ਹਾਂਜੀ, ਕਿੰਨਾ ਕੁ ਆਪਾਂ ਘਾਟਾ ਪਿਆ ਜੀ? ਘਾਟਾ ਤਾਂ ਜੀ ਜੋ ਸਾਡਾ ਬ੍ਰਦਰ ਚੱਲਿਆ ਗਿਆ ਉਹ ਜੋ ਸਾਡੇ ਪਰਿਵਾਰ ਨੂੰ ਘਾਟਾ ਪਿਆ ਉਹ ਤਾਂ ਸਾਨੂੰ ਪਤਾ, ਜੋ ਕਿ ਪੰਜਾਬ ਨੂੰ ਬਲਕਿ ਘੱਲਗਲਾਂ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ। ਇਹੋ ਜਿਹਾ ਪਲੇਅਰ ਜਿਹੜਾ ਕਦੀ ਵੀ ਤਿਆਰ ਕਰਨਾ ਬਹੁਤ ਮੁਸ਼ਕਲ ਨਾਲ ਐਡਾ ਪਲੇਅਰ ਤਿਆਰ ਹੁੰਦਾ ਜੀ, ਬਹੁਤ ਵੱਡਾ ਘਾਟਾ ਪਿਆ ਕਬੱਡੀ ਜਗਤ ਨੂੰ ਵੀ ਅਤੇ ਪਰਿਵਾਰ ਨੂੰ ਵੀ। ਕੀ ਨਾਂ ਜੀ ਤੁਹਾਡਾ? ਸ਼ਰਨਜੀਤ ਜੀ, ਅੱਜ ਇਕੱਲੇ ਕਲਕਲਾਂ ਨੇ ਨਹੀਂ, ਪੂਰੇ ਪੰਜਾਬ ਨੇ ਕੁਲਜੀਤ ਨੂੰ ਖੋਇਆ। ਤੁਸੀਂ ਉਹਦੇ ਸਿਸਟਰ ਹੋ, ਕਿਉਂਕਿ ਭੈਣਾਂ ਦਾ ਭਰਾਵਾਂ ਦੇ ਨਾਲ ਬਹੁਤ ਜਿਹੜਾ ਇੱਕ ਲਗਾਵ ਹੁੰਦਾ ਔਰ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀਆਂ ਨੇ। ਕਿੱਦਾਂ ਦਾ ਅਸੀਂ ਗਾਵਾਂ ਦਾ ਰਹਿਣਾ? ਸਾਨੂੰ ਕਬੱਡੀ ਦੇ ਥਰੂ ਹੀ ਸਾਰਾ ਇੰਨਾ ਮਾਣ ਸਨਮਾਨ ਬਣਿਆ, ਇੰਨਾ ਫਕਰ ਆ ਸਾਨੂੰ ਸਾਰੇ ਭੈਣ ਭਰਾਵਾਂ ਨੂੰ। ਬਿਲਕੁਲ ਸਾਨੂੰ ਅੱਛਾ ਨਹੀਂ ਆਉਣ ਦਿੱਤੀ ਕਿਸੇ ਨੇ। ਇਹ ਚਾਹੁੰਦੇ ਹਾਂ ਸਾਰੇ ਸਾਰੇ ਨੌਜਵਾਨ ਖੇਡਾਂ ਨਾਲ ਜੁੜਨ, ਮਾਣ ਆ ਸਾਨੂੰ ਇਸ ਗੱਲ 'ਤੇ। ਇਕੱਲੇ ਸਾਨੂੰ ਪਰਿਵਾਰ ਨੂੰ, ਪਿੰਡ ਨੂੰ, ਘਾਟਾ ਨਹੀਂ ਪਿਆ, ਸਾਰੇ ਪੰਜਾਬ ਨੂੰ, ਸਾਰੇ ਇੰਗਲੈਂਡ ਖੇਡਦੇ, ਆਸਟ੍ਰੇਲੀਆ, ਅਮਰੀਕਾ, ਜਿੱਥੋਂ ਤੱਕ ਵੀ ਮਾਣ ਆ ਉਹਨਾਂ ਦਾ, ਸਾਰਿਆਂ ਨੂੰ ਬਹੁਤ ਘਾਟਾ ਪਿਆ, ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਹਰ ਟਾਈਮ ਉਹ ਸਿੱਖਿਆ ਦਿੰਦੇ ਸੀ ਜੀ ਨੌਜਵਾਨਾਂ ਨੂੰ, ਜਦੋਂ ਵੀ ਕਲੱਬਾਂ ਦੇ ਵਿੱਚ ਜਾਂਦੇ ਸੀਗੇ। ਹਾਂਜੀ, ਬਸ ਉਹਨਾਂ ਨੂੰ ਇਹ ਸੀ ਜੋ ਵੀ ਖੇਡ ਖੇਡਦੇ ਸੀ ਉਹਨਾਂ ਨੂੰ ਮਾਣ ਸੀ ਵੀ ਆਹ ਬੱਚਾ ਖੇਡਦਾ ਹੈ, ਬੜਾ ਉਹਨਾਂ ਨੂੰ ਹੁੰਦਾ ਸੀ, ਉਹ ਉਹਨਾਂ ਨਾਲ ਹੀ ਗੱਲ ਕਰਦੇ, ਸਾਰਿਆਂ ਨੂੰ ਮਾਣ ਸੀ ਖੇਡਾਂ ਨਾਲ ਜੁੜੋ। ਅੱਜ ਕਿੰਨਾ ਕੁ ਆਪਾਂ ਘਾਟਾ ਮਹਿਸੂਸ ਕਰ ਰਹੇ ਹਾਂ ਉਹਨਾਂ ਦਾ? ਬਹੁਤ ਬਹੁਤ ਘਾਟਾ ਸਾਨੂੰ, ਨਾ ਪੂਰਾ ਹੋਣ ਵਾਲਾ ਘਾਟਾ ਭਰਾ ਦਾ, ਬਹੁਤ ਕਮੀ ਹੋਈ ਹੈ, ਬਹੁਤ ਜ਼ਿਆਦਾ। ਦੂਜੇ ਪਾਸੇ ਕੁਲਜੀਤ ਦੇ ਸਾਥੀ ਨਿਰੰਜਨ ਸਿੰਘ ਨੇ ਦੱਸਿਆ ਕਿ ਉਹ ਸਾਡੇ ਨਾਲ ਕਬੱਡੀ ਖੇਡਦਾ ਸੀ। ਉਸਨੇ ਮੋਗਾ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਸਨੇ ਬਹੁਤ ਸਾਰੇ ਪਿੰਡਾਂ ਵਿੱਚ ਆਪਣੀ ਖੇਡ ਨੂੰ ਸਾਫ਼ ਬਣਾਇਆ। ਉਹ ਖਿਡਾਰੀਆਂ ਨੂੰ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਸੀ। ਅੱਜ ਉਸਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਸਾਡਾ ਜੀ। ਅਸੀਂ ਉਹਦੇ ਤਾਂ ਮੁੜ ਤੋਂ ਪੜ੍ਹਦੇ ਵੀ ਇਕੱਠੇ ਰਹੇ ਹਾਂ,
तो खेडते भी कट्ठे रहे हैं। वो स्कूल तो ही बहुत तगड़ा पहला खो खो का प्लेयर से, उस तो बाद स्कूलों के मैच कबड्डी खेडन लग गया, स्कूलों दसवीं के ही क्लबा खेडन लग गया। क्लबा खेडता खेडता वो तो मिल द खंड मिल जीरा की बनी सी टीम, वो सिलेक्ट हो गया। बड़े तगड़े मैच खेडे उन्हें जी, बड़ी देन कबड्डी बंदे की, कलकलों भी बड़ी देन है। उतों खेडता खेडता वह इंग्लैंड चला गया, इंग्लैंड वापस आ गया। एक बार दूजी बार वह शादी हो गए तो इंग्लैंड सैट हो गया। उत्थे भी क्लबों के नाल बहुत ज़्यादा जाने की उन्होंने कबड्डी देन उस बंद की, कबड्डी लंबा समा जुड़िया रहा जी। इंग्लैंड भी कबड्डी खेड रहा? हाँ जी, लंबा समा कबड्डी खेडी, अज भी वह ना चलता जी। कोई भी पुछ ले कुलजीत घल्ला वाला, सब जानते, सारे प्लेयर जानते हैं इंग्लैंड। हाँ जी, हाँ जी, कलकला मोगे न सारे पंजाब नू बहुत वड्डा घाटा पाया जी, कबड्डी बड़ा वड्डा घाटा पाया। बड़ी मुश्किल प्लेयर तैयार होंगे जी, हाँ जी, बहुत मेहनत की, बहुत मेहनत की जी बंदे ने, बहुत थल्यों उठ के घर न उपर लेके जाना लेके गया, बड़ी मेहनत की बंदे ने, कबड्डी भी बहुत कुछ किया। हादसा की वापर जी? हादसा जी वो दो साल पहला सर्जरी हुई थी हार्ट की, तो वह तो ठीक हो गया सगा, हूँ तो उन्होंने पता ही नहीं लगा कि हो गया जी, हार्ट अटैक समझ लो जां हार्ट फेल समझ लो। न्यूज़ डेस्क तो दीक्षा नाल ब्यूरो रिपोर्ट, वॉइस ऑफ पंजाब।